ਅਕਾਲ ਜੀ, ਸਵਾਗਤ ਹੈ ਰੋਜ਼ਾਨਾ ਟਾਈਮਸ ਦੇਖਣ ਵਾਲੇ ਸਰੋਤਿਆਂ ਦਾ। ਮੈਂ ਤਰਨਦੀਪ ਸਿੰਘ। ਕੇਂਦਰ ਸਰਕਾਰ ਦੇ ਵੱਲੋਂ ਜੋ ਸਿੱਖ ਫੌਜੀ ਨੇ ਉਹਨਾਂ ਨੂੰ ਹੈਲਮਟ ਪਾਉਣ ਦੀ ਜੋ ਇੱਕ ਕਾਨੂੰਨ ਬਣਾਇਆ ਗਿਆ ਜਾਂ ਹਦਾਇਤ ਦਿੱਤੀ ਗਈ ਆ, ਔਰ ਉਸ ਦਾ ਵਿਰੋਧ ਲਗਾਤਾਰ ਹੋ ਰਿਹਾ। ਉੱਥੇ ਹੀ ਬੀਬੀ ਜਗੀਰ ਕੌਰ ਦੇ ਵੱਲੋਂ ਵਿਰੋਧ ਕੀਤਾ ਗਿਆ ਕਿ ਜਦੋਂ ਮੈਨੂੰ ਇਹ ਖਬਰ ਪਤਾ ਲੱਗੀ ਤਾਂ ਕਾਫੀ ਦੁੱਖ ਹੋਇਆ, ਕਿਉਂਕਿ ਜਿਹੜੀਆਂ ਜੰਗਾਂ ਲੜੀਆਂ ਗਈਆਂ ਨੇ ਸਾਡੇ ਸਿੱਖ ਭਰਾਵਾਂ ਦੇ ਵੱਲੋਂ, ਸਿੱਖ ਫੌਜੀਆਂ ਦੇ ਵੱਲੋਂ ਕਈ ਜੰਗਾਂ ਲੜੀਆਂ ਗਈਆਂ ਨੇ। ਅਸੀਂ ਪੱਗਾਂ ਬੰਨ ਕੇ ਹੀ ਜੰਗਾਂ ਲੜੀਆਂ ਨੇ। ਜਿਹੜਾ ਭਾਰਤੀ ਸੁਰੱਖਿਆ ਮੰਤਰਾਲਾ ਉਹ ਇਸ ਫੈਸਲੇ ਨੂੰ ਵਾਪਸ ਲਵੇ, ਇਹ ਬੀਬੀ ਜਗੀਰ ਕੌਰ ਦਾ ਬਿਆਨ ਆਇਆ ਹੈ। ਔਰ ਉੱਥੇ ਤੁਹਾਨੂੰ ਦੱਸਦੀ ਹੈ ਅਕਾਲੀ ਦਲ, ਕਾਂਗਰਸ ਔਰ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਨੇ ਵੀ ਜਿਹੜਾ ਇਹ ਹੈਲਮਟ ਦਾ ਵਿਰੋਧ ਕੀਤਾ ਹੈ। ਜੋ ਸਿੱਖ ਫੌਜੀਆਂ ਦੇ ਦਸਤਾਰ ਤੇ ਹੈਲਮਟ ਸਜਾਉਣ ਵਾਸਤੇ ਜੋ ਭਾਰਤ ਸਰਕਾਰ ਨਵਾਂ ਕਾਨੂੰਨ ਲੈ ਕੇ ਆ ਰਹੇ ਹੈ, ਇਹ ਸੁਣ ਕੇ ਬਹੁਤ ਦੁੱਖ ਲੱਗਾ, ਕਿਉਂਕਿ ਇਤਿਹਾਸ ਗਵਾਹ ਜਿੰਨੀਆਂ ਜੰਗਾਂ ਹੋਈਆਂ ਸਿੱਖ ਫੌਜੀਆਂ ਨੇ ਸਿਰਾਂ ਤੇ ਦਸਤਾਰਾਂ ਸਜਾ ਕੇ ਪੂਰੀ ਸ਼ਾਨ ਦੇ ਨਾਲ ਤੇ ਬੜੀ ਬਹਾਦਰੀ ਦੇ ਨਾਲ ਮੁਕਾਬਲੇ ਕੀਤੇ ਤੇ ਸਦਾ ਉਹਨਾਂ ਜੰਗਾਂ ਦੇ ਵਿੱਚ ਫਤਿਹ ਪਾਈ ਹੈ। ਦੁਨੀਆਂ ਭਰ ਦੇ ਲੋਕ ਸਿੱਖਾਂ ਦੀ ਦਸਤਾਰ ਦੀ ਪਹਿਚਾਣ ਦੇਖ ਕੇ, ਸਿੱਖਾਂ ਦੇ ਸਿਰ ਦੇ ਉੱਤੇ ਗੁਰੂ ਦਾ ਤਾਜ ਵੇਖ ਕੇ ਗੌਰਵ ਦੇ ਨਾਲ ਸਿਰ ਉੱਚਾ ਕਰਕੇ ਕਹਿੰਦੇ ਹੈ ਕਿ ਸਿੱਖ ਜਿਹੜੇ ਹੈ ਉਹ ਸਭ ਤੋਂ ਮਾਰਸ਼ਲ ਕੌਮ ਤੇ ਸਭ ਤੋਂ ਵਧੀਆ ਢੰਗ ਦੇ ਨਾਲ ਆਪਣੀ ਪਰਫਾਰਮੈਂਸ ਕਰਦੇ ਆ, ਕਦੀ ਜਾਨ ਦੀ ਪਰਵਾਹ ਨਹੀਂ ਕੀਤੀ। ਤੇ ਅੱਜ ਤੱਕ ਇਹ ਵੀ ਹੋਇਆ ਕਿ ਸਿੱਖਾਂ ਨੇ ਕਦੀ ਇਹ ਨਹੀਂ ਮਹਿਸੂਸ ਕੀਤਾ ਕਿ ਸਿਰ ਤੇ ਤਾਜ ਜੋ ਇਹ ਦਸਤਾਰ ਸੱਜੀ ਹੋਵੇ ਤੇ ਉਹਨਾਂ ਦੀ ਕਿਤੇ ਸ਼ਹੀਦੀ ਹੈ ਉਹ ਇਹਦੇ ਕਾਰਨ ਹੋਈ ਹੋਵੇ, ਜਾਂ ਉਹਨਾਂ ਨੂੰ ਕਦੀ ਸੁਰੱਖਿਆ ਦੀ ਮਹਿਸੂਸ ਹੋਵੇ ਕਿ ਇਸ ਦਸਤਾਰ ਦੇ ਉੱਤੇ ਕਿਸੇ ਹੋਰ ਚੀਜ਼ ਦੀ ਲੋੜ ਹੈ। ਮੈਂ ਸਮਝਦੀ ਹਾਂ ਕਿ ਜੇ ਅੱਜ ਉਹਨਾਂ ਨੇ ਲੋਹ ਟੋਪ ਪਾਉਣ ਵਾਸਤੇ ਇਹ ਨਵਾਂ ਫਾਰਮੂਲਾ ਲੈ ਕੇ ਆਉਂਦਾ, ਨਵਾਂ ਕਾਨੂੰਨ ਲੈ ਕੇ ਆਉਂਦਾ, ਨਵੀਂ ਹਦਾਇਤ ਲੈ ਕੇ ਆਉਂਦੀ ਹੈ, ਤਾਂ ਇਹਦੇ ਨਾਲ ਸਿੱਖ ਦੀ ਪਹਿਚਾਣ ਤੇ ਬਹੁਤ ਫਰਕ ਪੈਂਦਾ, ਕਿਉਂਕਿ ਸਾਡੀ ਦਸਤਾਰ ਜਿਹੜੀ ਹੈ ਇਹ ਕਿਤੇ ਕੇਵਲ ਇੰਨਾ ਹੀ ਨਹੀਂ ਕਿ 6-7 ਮੀਟਰ ਦਾ ਕੱਪੜਾ ਹੈ, ਇਹ ਤਾਂ ਗੁਰੂ ਸਾਹਿਬ ਦੀ ਸਾਡੀ ਮੋਹਰ ਹੈ, ਇਹ ਤੇ ਗੁਰੂ ਸਾਹਿਬ ਦਾ ਸਾਡਾ ਤਾਜ ਹੈ ਸਿਰ ਤੇ ਸੱਜਿਆ ਹੋਇਆ, ਜਿਹੜਾ ਇੱਕ ਸਿੱਖ ਨੂੰ ਬਹੁਤ ਵੱਡੀ ਸ਼ਕਤੀ ਦਿੰਦਾ ਹੈ। ਔਰ ਇਹਦੇ ਨਾਲ ਜਿੱਥੇ ਉਹ ਬੋਲੇ ਸੋਹਣ ਨਿਹਾਲ ਦੇ ਜਗਾਰੇ ਛੱਡ ਕੇ ਜੰਗ ਦੇ ਮੈਦਾਨ 'ਚ ਜਾਂਦੇ ਹੈ, ਉੱਥੇ ਇਸ ਦਸਤਾਰ ਦੇ ਪੂਰੇ ਗੌਰਵਮਈ ਢੰਗ ਦੇ ਨਾਲ ਉਹ ਆਪਣੀ ਪਹਿਚਾਣ ਨੂੰ ਲੋਕਾਂ ਵਿੱਚ ਪ੍ਰਗਟਾਉਂਦਿਆਂ ਹੋਇਆਂ ਹੱਲਾਸ਼ੇਰੀ ਦੇ ਨਾਲ ਬੜੀ ਜੁਰਤ ਦੇ ਨਾਲ ਉੱਥੇ ਜਾ ਕੇ ਮੈਦਾਨ ਵਿੱਚ ਵੀ ਜਾਂਦੇ ਹੈ, ਜੰਗਾਂ 'ਚ ਲੜਾਈਆਂ ਵੀ ਲੜਦੇ ਹੈ। ਜਿੰਨੀਆਂ ਵੀ ਲੜਾਈਆਂ ਹੋਈਆਂ, ਜਿੰਨੀਆਂ ਵੀ ਜੰਗਾਂ ਅੱਜ ਤੱਕ ਹੋਈਆਂ, ਭਾਵੇਂ ਉਹ ਚੀਨ ਨਾਲ ਹੋਣ, ਭਾਵੇਂ ਪਾਕਿਸਤਾਨ ਨਾਲ ਹੋਣ, ਭਾਵੇਂ ਕਾਰਗਲ ਦੀ ਜੰਗ ਹੋਵੇ, ਭਾਵੇਂ ਉਹ ਸਾਰਾਗੜ੍ਹੀ ਦੀ ਜੰਗ ਹੋਵੇ, ਦੁਨੀਆਂ ਭਰ ਦੇ ਲੋਕਾਂ ਨੇ ਲੋਹਾ ਮੰਨਿਆ ਉਸ ਵੇਲੇ ਸਿੱਖਾਂ ਨੇ ਜੋ ਦਸਤਾਰਾਂ ਦੇ ਨਾਲ ਆਪਣੀ ਪੇਸ਼ਕਾਰੀ ਕੀਤੀ। ਸੋ ਮੈਂ ਸਮਝਦੀ ਹਾਂ ਕਿ ਲੋੜ ਨਹੀਂ ਕਿ ਅੱਜ ਭਾਰਤ ਸਰਕਾਰ ਇਹਦੀ ਕੋਈ ਤਬਦੀਲੀ ਕਰੇ। ਅੱਜ ਜੇ ਤੇ ਸਿੱਖ ਫੌਜੀਆਂ ਦੀ ਕੋਈ ਮੰਗ ਆਈ ਹੋਵੇ, ਜੇ ਤੇ ਕੋਈ ਬਾਹਰਲੇ ਸਿੱਖਾਂ ਨੇ ਕੋਈ ਮੰਗ ਕੀਤੀ ਹੋਵੇ, ਫਿਰ ਤਾਂ ਤੁਸੀਂ ਕਹਿ ਸਕਦੇ ਹੋ ਕਿ ਸਾਡੀ ਮੰਗ ਹੈ। ਜਦੋਂ ਮੰਗ ਹੀ ਕੋਈ ਨਹੀਂ ਤਾਂ ਫਿਰ ਪਰੇਸ਼ਾਨੀ ਵੀ ਕੋਈ ਨਹੀਂ, ਤਾਂ ਫਿਰ ਇਹਦੇ ਚ ਤਰਮੀਮ ਕਰਨ ਦੀ ਲੋੜ ਕੀ ਹੈ। ਸੋ ਵਿਦੇਸ਼ਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਸੈਕੰਡ ਵਰਲਡ ਵਾਰ ਹੋਈ ਉਸ ਵੇਲੇ ਅੰਗਰੇਜ਼ਾਂ ਨੇ ਵੀ ਇਹ ਗੱਲ ਕਹੀ ਸੀ, ਲੋਹ ਟੋਪ ਪਹਿਨਣ ਵਾਸਤੇ ਹਦਾਇਤਾਂ ਕੀਤੀਆਂ ਸੀ, ਲੇਕਿਨ ਸਿੱਖਾਂ ਨੇ ਉਸ ਨੂੰ ਜਵਾਬ ਦਿੱਤਾ, ਬਿਲਕੁਲ ਲੋਹ ਟੋਪ ਪਹਿਨਣ ਤੋਂ ਇਨਕਾਰ ਕੀਤਾ। ਸੋ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਸਿੱਖ ਦੀ ਪਹਿਚਾਣ ਨੂੰ ਠੇਸ ਨਾ ਪਹੁੰਚੇ, ਸਿੱਖਾਂ ਦੇ ਹਿਰਦਿਆਂ ਨੂੰ ਬਲੁੰਦਰੇ ਨਾ ਜਾਣ। ਅੱਜ ਸਿੱਖਾਂ ਦੇ ਵਿੱਚ ਬਹੁਤ ਵੱਡੇ ਰੋਸ ਹੁੰਦੇ ਹੈ ਜਦੋਂ ਤੁਸੀਂ ਬਿਨਾਂ ਕਿਸੇ ਪੁੱਛ ਤੋਂ, ਬਿਨਾਂ ਕਿਸੇ ਲੋੜ ਤੋਂ, ਬਿਨਾਂ ਕਿਸੇ ਸਲਾਹ ਮਸ਼ਵਰੇ ਤੋਂ ਇਹ ਕੋਈ ਚੇਂਜਸ ਕਰਦੇ ਹੋ, ਤਾਂ ਸਿੱਖ ਮਹਿਸੂਸ ਕਰਦੇ ਹੈ ਕਿ ਸਾਡੇ ਨਾਲ ਇਹ ਜਿਹੜਾ ਵਰਤਾਓ ਹੋ ਰਿਹਾ ਇਹ ਸਾਡੀ ਪਹਿਚਾਣ ਨੂੰ ਖਤਮ ਕਰਨ ਵਾਸਤੇ ਹੋ ਰਿਹਾ। ਸੋ ਮਾਣਯੋਗ ਪ੍ਰਧਾਨ ਮੰਤਰੀ ਜੀ, ਮਾਣਯੋਗ ਰੱਖਿਆ ਮੰਤਰੀ ਜੀ, ਗ੍ਰਹਿ ਮੰਤਰੀ ਜੀ, ਮੈਂ ਆਪ ਜੀ ਨਿਮਰਤਾ ਸਾਹਿਬ ਬੇਨਤੀ ਕਰਦੀ ਹਾਂ ਕਿ ਸਾਰੇ ਸਿੱਖਾਂ ਦੀ ਭਾਵਨਾ ਸਮਝਦੇ ਹੋਇਆਂ, ਸਿੱਖ ਫੌਜ ਦੀ ਮਹਾਨਤਾ ਨੂੰ ਸਮਝਦੇ ਹੋਇਆਂ, ਸਿੱਖ ਫੌਜ ਦੀ ਦਸਤਾਰ ਦੀ ਪਹਿਚਾਣ ਨੂੰ ਸਮਝਦੇ ਹੋਇਆਂ ਕੋਈ ਐਸਾ ਕਾਨੂੰਨ ਨਾ ਬਣਾਓ ਜਿਹਦੇ ਨਾਲ ਸਾਡੇ ਮਨਾਂ ਨੂੰ ਠੇਸ ਪਹੁੰਚੇ। ਵਾਰ ਵਾਰ ਇਹੀ ਬੇਨਤੀ ਹੈ ਕਿ ਆਓ ਅਸੀਂ ਉਹ ਗੱਲ ਨਾ ਕਰੀਏ, ਉਹ ਲੋਕਾਂ ਦੇ ਵਿੱਚ ਕਾਨੂੰਨ ਨਾ ਲੈ ਕੇ ਆਈਏ ਜਿਹਦੇ ਨਾਲ ਸਾਨੂੰ ਪੀੜਾ ਹੋਵੇ। ਜੇ ਸਿੱਖ ਫੌਜੀ ਫੌਜ ਦੇ ਮੈਦਾਨ ਵਿੱਚ ਕੋਈ ਘਾਟ ਮਹਿਸੂਸ ਕਰਦੇ ਹੋਣ, ਫਿਰ ਤੇ ਤੁਸੀਂ ਕਹਿ ਸਕਦੇ ਹੋ, ਕਿਤੇ ਡਰਾਈਵਿੰਗ ਵੀ ਹੁੰਦੀ ਹੋਵੇ, ਸਿੱਖ ਆਪਣੀ ਕਦੇ ਹੈਲਮਟ ਨਹੀਂ ਪਾਉਂਦਾ ਜਿਸ ਦੇ ਸਿਰ ਤੇ ਦਸਤਾਰ ਸੱਜੀ ਹੋਵੇ, ਔਰ ਉਹਨੂੰ ਕੋਈ ਮਨਾਹੀ ਵੀ ਨਹੀਂ ਹੁੰਦੀ ਡਰਾਈਵਿੰਗ ਲਾਇਸੈਂਸ ਵੀ ਬਣਾਉਣਾ ਹੋਵੇ, ਉਹਦੇ ਵਾਸਤੇ ਕੋਈ ਹਦਾਇਤ ਨਹੀਂ। ਸਿੱਖ ਬੀਬੀ ਹੋਵੇ, ਸਿੱਖ ਦਸਤਾਰਧਾਰੀ ਹੋਵੇ, ਕਦੇ ਕੋਈ ਮਨਾਹੀ ਨਹੀਂ ਕਰਦਾ। ਸੋ ਮੈਂ ਸਮਝਦੀ ਹਾਂ ਕਿ ਇਹ ਜਿਹੜਾ ਤੁਸੀਂ ਨਵਾਂ ਕਾਨੂੰਨ ਲੈ ਕੇ ਆ ਰਹੇ ਹੋ, ਨਵੀਆਂ ਫਰਮਾਨ ਲੈ ਕੇ ਆ ਰਹੇ ਹੋ,
इस खत्म किया जाए ता जो सिखा दे दिल नूं कोई ठेस ना पहुंचे। वाहिगुरु जी का खालसा। ने कहा कि जो केंद्र सरकार का सुरक्षा मंत्रालय का यह बयान आया मैं इसका विरोध कर दी हाँ, एक बार जरूर केंद्र सरकार इस फैसले बारे सोचे और जोड़े सिख फौजी ने वह भी इसका विरोध करने। बीबी जगीर कौर का बयान आया उत्ते ही श्रोमणी गुरुद्वारा प्रबंधक कमेटी भी वालों चिट्ठी लिखी गई मुख्यमंत्री भगवंत माफ करना प्रधानमंत्री नरेंद्र मोदी और कांग्रेस पार्टी के वालों भी सुखविंदर रंधावा वालों भी बयान आ चुके हैं। उन्होंने जो हैलमेट हैलमेट का सुरक्षा मंत्रालय भारती भी सिख फौजी हैलमेट पाएंगे उसका विरोध किया। हालांकि केंद्र सरकार वालों इसते कोई बयान नहीं आया पर उत्थे लगातार पंजाब के जेडे राजनेता ने इसका विरोध कर रहे हैं कि सिख फौजी जड़ा है हैलमेट ना पाउण।